पंजाब विच लुटेरियां दा खौफ दिनों दिन वधदा जा रहा है। जे गल करिए तपा मंडी दी तां इत्थे दिन चढ़दे ही गऊशाला रोड नेड़े बाबा मठ कोल चार नकाबपोश लुटेरियां ने पिस्तौल दी नोक दे उत्ते घरों स्कॉर्पियो गड्डी चक ली अते उत्थों दी फरार हो गए। दसना बनता है कि नकाबपोश लुटेरियां दे वल्लों परिवार की भी कुटमार की, उत्थे परिवार हुण इंसाफ की मंग कर रहा है। इस मामले की जानकारी मिलने तो बाद पुलिस भी मौके उत्ते पहुंची हुई है। पुलिस का कहना है कि उन्होंने वल्लों जांच पड़ताल की जा रही है। ਹੋਰ ਸਾਹਿਬ ਤਾਂ ਜੀ ਉਹਨਾਂ ਨੇ ਮੈਨੂੰ 20 ਮਿੰਟ ਪਹਿਲਾਂ ਇਹ ਕਿਹਾ ਹੈਗਾ, ਕਹਿੰਦੇ ਆਂਟੀ ਲਵਲੀ ਕਿੱਥੇ ਸਾਨੂੰ ਕੰਮ ਆ। ਉਦੋਂ ਬਾਅਦ ਜੋ 20 ਮਿੰਟਾਂ ਬਾਅਦ ਫੇਰ ਆ ਗਏ, 20 ਮਿੰਟਾਂ ਬਾਅਦ ਜੀ ਮੈਂ ਫੇਰ ਗੇਟ 'ਚ ਚਲੀ ਗਈ। ਮੈਂ ਕਿਹਾ ਰਾਜੀ ਐਂ ਦੱਸੋ ਕੰਮ ਕੀ ਹੈ ਵੀ ਤੁਹਾਡੇ ਮੂੰਹ ਬੰਨੇ ਪਏ ਨੇ। ਬਸ ਇੰਨੀ ਤਾਂ ਗੱਲ ਮੈਨੂੰ ਕਹਿਣੀ ਸੀ ਜੀ, ਦੂਜੇ ਬੰਦੇ ਨੇ ਮੈਨੂੰ ਜੁੰਡੇ ਤੋਂ ਫੜ ਕੇ ਮੈਨੂੰ ਘੜੀਸ ਲਿਆ, ਇੱਥੋਂ ਤੱਕ ਘੜੀਸ ਕੇ ਲਿਆਇਆ। ਉਦੋਂ ਬਾਅਦ ਜੀ ਮੇਰੇ ਪੋਤੇ ਨੂੰ ਗਲ 'ਚੋਂ ਫੜ ਕੇ, 6 ਸਾਲ ਦਾ ਮੇਰਾ ਪੋਤਾ ਗਾ, ਉਹਨੂੰ ਲੋਬੀ 'ਚ ਮਾਰਿਆ ਚਲਾ ਕੇ, ਉਹਨੂੰ ਚਲਾ ਕੇ ਮਾਰ ਕੇ ਜੀ ਮੇਰੀ ਗੁੜਗਾਈ ਵੀ ਹੈ, ਵਿਆਹੀ ਵੀ, ਫਿਰ ਉਹਨੂੰ ਢਾਲਿਆ, ਫਿਰ ਮੇਰੀ ਨੂੰਹ ਨੂੰ ਢਾਲਿਆ। ਮੇਰੀ ਗੁੜਗਾਈ ਦਾ ਮੂੰਹ ਵੀ ਬਣਤਾ ਸੀ ਅਤੇ ਨੂੰਹ ਨੂੰ ਜੁੰਡਾ 'ਚ ਪੱਟਤਾ। ਉਹਨਾਂ ਨੇ ਇਹ ਗੱਲ ਕਹੀ ਹੈ ਤੁਹਾਡੇ ਬੱਚੇ ਨੇ ਵੀ ਮੈਂ ਉਹਨਾਂ 'ਚੋਂ ਕੁਝ ਤੁਹਾਡੇ ਰਿਸ਼ਤੇਦਾਰ ਆ, ਮੈਂ ਜਾਣਦਾ? ਨਹੀਂ ਜੀ, ਨਹੀਂ ਜੀ, ਸਾਰਿਆਂ ਦੇ ਮੂੰਹ ਬੰਨੇ ਪਏ ਸੀ। ਹਾਂਜੀ, ਸਾਰਿਆਂ ਦੇ ਮੂੰਹ ਬੰਨੇ ਪਏ ਸੀ। ਹਾਂ ਸੀ ਜੀ ਉਹਨਾਂ ਕੋਲ? ਹਾਂਜੀ, ਤਾਂ ਚਾਰਾਂ ਕੋਲੇ ਪਿਸਤੌਲ ਸੀ। ਕੋਈ ਫਾਇਰ ਫੂਰ ਕਰਿਆ ਜੀ ਉਹਨਾਂ ਨੇ? ਨਹੀਂ ਜੀ, ਫਾਇਲ ਕੋਈ ਨਹੀਂ। ਚਾਬੀ ਤੁਸੀਂ, ਤੁਹਾਡੇ ਤੋਂ ਫਿਰ ਚਾਬੀ ਮੰਗੀ ਉਹਨਾਂ ਨੇ? ਚਾਬੀ ਮੇਰੀ ਲੋਬੀ ਟੰਗੀ ਪਈ ਸੀ ਜੀ, ਉੱਥੋਂ ਹੀ ਲੰਬਾ ਗਿਆ। ਮੈਂ ਕਿਹਾ ਪੁੱਤੋ ਭਈਆ, ਚਾਬੀ ਲੈ ਜਾਓ ਵੀ, ਸਾਡਾ ਨੁਕਸਾਨ ਨਾ ਕਰੋ, ਸਾਡੀ ਗੱਡੀ ਲੈ ਜਾਓ। ਹੁਣ ਪੁਲਿਸ ਆਈ ਹੈ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਮੰਗ ਤਾਂ ਫਿਰ ਅਸੀਂ ਐਂ ਹੀ ਕਰਦੇ ਹਾਂ ਜੀ, ਵੀ ਸਾਨੂੰ ਕੀ ਪਤਾ ਵੀ ਇਹ ਕੌਣ ਆ ਕੌਣ ਨਾ, ਸਾਡੇ ਤੋਂ ਕੋਈ ਬੈਂਸ ਨਹੀਂ, ਬਾੜੀ ਨਹੀਂ ਕਿਸੇ ਨੂੰ। ਵੀ ਇਹ ਰਾਤ ਵੀ ਸਾਡੀਆਂ ਬਿੱਲਾਂ ਵੱਜੀਆਂ ਨੇ। ਰਾਤ ਮੇਰਾ ਬੇਟਾ ਕਹਿੰਦਾ ਮੰਮੀ ਬਿੱਲਾਂ ਵੱਜੀਆਂ ਦੀਆਂ। ਮੈਂ ਕਿਹਾ ਲਵਲੀ ਆਪਾਂ ਗੇਟ ਨਹੀਂ ਖੋਲ੍ਹਣਾ ਹੈਗਾ। ਰਾਤ ਸਾਡੀਆਂ ਜਿੱਦਾਂ ਘੰਟਾ ਬਿੱਲਾਂ ਵੱਜ ਕੇ 10 ਵਜੇ ਫਿਰ ਉਹ ਵਾਪਸ ਹੋ ਗਏ। ਤੁਸੀਂ ਇਸ ਮਾਮਲੇ 'ਚ ਜਦੋਂ ਕਦੇ ਪਹਿਲਾਂ ਵੀ ਇਹੋ ਜਿਹੀ ਘਟਨਾ ਵਾਪਰੀ ਰਾਤ ਦਾ ਬਿੱਲ? 92 ਸਾਲ 'ਚ ਵਿਆਹ ਸੀ ਜੀ ਮੇਰਾ, ਮੈਂ ਤਾਂ ਪਹਿਲੀ ਚਾਂਸ ਪਹਿਲੀ ਵਾਰ ਦੇਖਿਆ ਸਾਡੇ ਘਰ ਵਾਲਾ। ਲਵਦੀਪ ਸਿੰਘ ਦੇ ਘਰ 'ਚ ਅਲਪਦੇ ਦੱਸਣ ਮੁਤਾਬਕ ਸਵੇਰੇ ਮੁੰਡੇ ਆਏ ਨੇ ਜਿਹਨਾਂ ਮੂੰਹ ਬੰਨੇ ਹੋਏ ਸੀਗੇ। ਇਹ ਮੌਕੇ 'ਤੇ ਪਹੁੰਚੇ, ਵੈਰੀਫਾਈ ਕਰ ਰਹੇ ਹਾਂ। ਸਕਾਰਪੀ ਗੱਡੀ TB19 ਲੈ ਕੇ ਨੇ, ਉਹਦੇ ਬਾਰੇ ਲਈ ਕਰ ਰਹੇ। ਇੱਕ ਤਾਂ ਇਹਨਾਂ ਦੇ ਵਿੱਚ ਰਿਸ਼ਤੇਦਾਰ ਹੀ ਆ, ਅਸੀਂ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੇ। ਪਾਰਟੀਆਂ ਭੇਜੀਆਂ, ਬਾਕੀ CC ਕੈਮਰੇ ਦੇਖ ਰਹੇ ਹਾਂ, ਸਾਰੇ ਪਾਸੇ ਲੱਗੇ ਨੇ, ਜਲਦੀ ਟ੍ਰੇਸ ਕੀਤਾ ਜਾਵੇਗਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।